ਪੰਜਾਬ ਦੇ ਅੰਦਰ ਲਾਇਸੈਂਸੀ ਹਥਿਆਰ ਜਿੰਨੇ ਆ ਨਾ ਲੋਕਾਂ ਕੋਲੇ ਇਸ ਤੋਂ ਕਈ ਗੁੜਾ 2 ਨੰਬਰ ਦਾ ਹਥਿਆਰ ਪਿਆ ਇਹ ਪੁਲਿਸ ਨੂੰ ਵੀ ਪਤਾ ਹੈ ਇਹ ਪੁਲਿਸ ਦੇ ਵੱਖ-ਵੱਖ ਵਿੰਗਾਂ ਨੂੰ ਪਤਾ ਹੈ ਕਿ ਕਿੰਨਾ 2 ਨੰਬਰ ਦਾ ਹਥਿਆਰ ਹੈ ਪੰਜਾਬ ਦੇ ਵਿੱਚ ਪਰ ਉਹਨਾਂ ਦੀ ਜਾਂਚ ਨਹੀਂ ਹੁੰਦੀ ਚੰਗੇ ਤੋਂ ਚੰਗਾ ਤੁਸੀਂ ਪਿਸਟਲ ਲੈਣਾ ਤੁਹਾਨੂੰ ਸ਼ਾਮ ਨੂੰ ਘਰੇ ਮਿਲ ਜਾਊਗਾ ਇਹ ਇਹ ਹਾਲਾਤ ਹੈ ਪੰਜਾਬ ਦੇ ਇਹ ਹਾਲਾਤ ਹੈ ਇਹ ਕਿਸੇ ਵੀ ਗੈਂਗਸਟਰ ਦੇ ਗਰੁੱਪ ਨੇ ਕੋਈ ਵੀ ਵਾਰਦਾਤ ਕੀਤੀ ਹੈ ਕਿ ਨੇ ਉਹਨਾਂ ਦੇ ਵਿੱਚ ਲਾਇਸੈਂਸੀ ਹਥਿਆਰ ਵਰਤੇ ਗਏ ਹੈ ਸਿੱਧੂ ਨੂੰ ਉਸਿਆ ਦਾ ਕਤਲ ਉਹਦੇ ਵੀ ਕਤਲ ਦੇ ਵਿੱਚ ਵੀ ਜਿਹੜੇ ਪਿਸਟਲ ਵਰਤੇ ਜਾਂਦੇ ਆ ਉਹ ਵੀ 2 ਨੰਬਰ ਦੇ ਸੀ ਪਰ ਉਹ ਮਹਿੰਗੇ ਬਹੁਤ ਸੀ ਪਰ ਸੀ 2 ਨੰਬਰ ਦੇ ਲਾਇਸੈਂਸ ਹੀ ਨਹੀਂ ਸੀ 98% ਵੱਡੇ ਕ੍ਰਾਈਮ ਉਹ ਜਿਹੜੇ ਆ ਉਹ ਗੈਰ ਕਾਨੂੰਨੀ ਹਥਿਆਰਾਂ ਨਾ 2 ਨੰਬਰ ਦੇ ਹਥਿਆਰਾਂ ਨਾ ਉਹ ਅਸਲਾ ਕਿੱਥੋਂ ਆਉਂਦਾ ਹੈ ਕੌਣ ਲੈ ਕੇ ਆਉਂਦਾ ਹੈ ਕੌਣ ਦਿੰਦਾ ਹੈ ਕਿਵੇਂ ਉਹ ਸਰਹੱਦਾ ਲੰਘਦਾ ਹੈ ਕਿਵੇਂ ਉਹ ਵੱਖ-ਵੱਖ ਸਟੇਟਾਂ ਦੇ ਬਾਡਰ ਲੰਘਦਾ ਹੈ ਇਹਦੇ ਤੇ ਸਰਕਾਰ ਨੇ ਸਮੀਖਿਆ ਨਹੀਂ ਕੀਤੀ ਸਤੂ ਮੂਸੇ ਦੇ ਕਤਲ ਦੇ ਵਿੱਚ ਅਸਾਲਟ ਵਰਤੀ ਗਈ ਕੋਈ AN94 ਕਦੇ AK47 ਹਾਲੇ ਤੱਕ ਉਹਦੇ ਬਾਰੇ ਕਲੈਰੀਫਿਕੇਸ਼ਨ ਨਹੀਂ ਆਈ ਕਿ ਭਾਈ ਉਹ ਅਸਾਲਟ ਐ ਕਿੱਥੇ ਜਿਹੜਾ ਸ਼ਰੀਹ ਬੰਦਾ ਹੋਇਆ ਉਹਦਾ ਲਾਇਸੈਂਸ ਬਹੁਤ ਹੱਦ ਤੱਕ ਮੈਂ ਦਾਵਾ ਨਹੀਂ ਕਰਦਾ ਪਰ ਬਹੁਤ ਹੱਦ ਤੱਕ ਉਹਦਾ ਕੈਨਸਲ ਹੋਊਗਾ ਜਿਹੜਾ ਇਹੋ ਜਿਹਾ ਬੰਦਾ ਹੋਇਆ ਪੈਸੇ ਦੇ ਕੇ ਪਾਸ ਕਰਾ ਲੂਗਾ ਇਹ ਤਾਂ ਪੁਲਿਸ ਨੂੰ ਪੈਸੇ ਦੇ ਕੇ ਪਾਸ ਕਰਾਉਣ ਦਾ ਜਰੀਆ ਬਣ ਗਿਆ ਤੁਸੀਂ ਸਾਰੇ ਲਾਇਸੈਂਸ ਚੱਕੋ ਸਭ ਤੋਂ ਇੱਕੀ ਗੱਲ ਲਿਖੀ ਹੁੰਦੀ ਹੈ ਕਿ ਇਹਦਾ ਘਰ ਖੇਤਾਂ ਵਿੱਚ ਹੈ ਇਹਨੂੰ ਖਤਰਾ ਬਹੁਤ ਹੈ ਘਰ ਭਾਵੇਂ ਸ਼ਹਿਰ ਦੇ ਵਿਚਾਲੇ ਹੋਵੇ ਉਹਦਾ ਵੀ ਲਿਖਿਆ ਉਹ ਵੀ ਘਰ ਖੇਤਾਂ ਵਿੱਚ ਹੈ ਇਹਨੂੰ ਖਤਰਾ ਹੈ ਉਹ ਹਥਿਆਰ ਜਿਨ੍ਹਾਂ ਦਾ ਕੋਈ ਲਾਇਸੈਂਸ ਨਹੀਂ ਜਿਨ੍ਹਾਂ ਦਾ ਕੋਈ ਵਜੂਦ ਨਹੀਂ ਉਹ ਸ਼ਰੇਆਮ ਤੋਂ ਮਰੇ ਆ ਬੰਦੇ ਮਰ ਰਹੇ ਆ ਹਰ ਰੋਜ਼ ਕਤਲ ਹੋ ਰਹੇ ਆ ਉਹਨਾਂ ਦੀ ਸਮੀਖਿਆ ਕਦੋਂ ਕੀਤੀ ਜਾਵੇਗੀ ਜਿਸ ਤਰ੍ਹਾਂ ਕੱਲ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਆਉਂਦਾ ਇੱਕ ਕਿ ਲਾਇਸੈਂਸ ਹਥਿਆਰਾਂ ਦੀ ਸਮੀਖਿਆ ਕੀਤੀ ਜਾਵੇ ਤੇ 3 ਮਹੀਨਿਆਂ ਦੇ ਵਿੱਚ ਲਾਇਸੈਂਸ ਨਵੇਂ ਨਾ ਬਣਾਏ ਜਾਣ ਹਥਿਆਰਾਂ ਨੂੰ ਲੈ ਕੇ ਇਹ ਸਰਕਾਰ ਦੇ ਆਦੇਸ਼ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਜਿਹੜਾ ਲਾਇਸੈਂਸੀ ਹਥਿਆਰ ਆ ਜਿਹੜੇ ਇਹਨਾਂ ਨੇ ਕਿਹਾ ਕਿ ਸਮੀਖਿਆ ਕੀਤੀ ਜਾਵੇ ਚੰਗੀ ਗੱਲਾਂ ਸਮੀਖਿਆ ਕਰਨੀ ਵੀ ਚਾਹੀਦੀ ਹੈ ਕਿ ਕਿਸੇ ਗਲਤ ਅਨਸਰ ਉਦਾਨੀ ਦਿੱਤਾ ਹੋਇਆ ਨੰਬਰ 2 ਦੇ ਉੱਤੇ ਤਿੰਨ ਮਹੀਨਿਆਂ ਦੀ ਰੋਕ ਲਗਾ ਦਿੱਤੀ ਚਲੋ ਇਹ ਸਰਕਾਰ ਨੇ ਦੇਖਣਾ ਹੈ ਕਿ ਮੌਜੂਦਾ ਜੋ ਲਾ ਐਂਡ ਆਰਡਰ ਨੂੰ ਲੈ ਕੇ ਹੈ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਹਥਿਆਰ ਦਿਖਾਉਣ ਨੂੰ ਪਾਬੰਦੀ ਹੋਵੇ ਉਹ ਵੀ ਇੱਕ ਚੰਗੀ ਗੱਲ ਹੈ ਫੁਕਰਪੁਨੇ ਦੇ ਵਿੱਚ ਫੋਟੋਆਂ ਪਾਈਆਂ ਜਾਂਦੀਆਂ ਜਾਂ ਇਸ ਤਰੀਕੇ ਦੀਆਂ ਫਿਰ ਇਹਨਾਂ ਨੇ ਕਿਹਾ ਕਿ ਗਾਣਿਆਂ ਦੇ ਵਿੱਚ ਜਿਹੜੀ ਆ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲੇ ਗਾਣਿਆਂ ਤੇ ਪਾਬੰਦੀ ਹੋਵੇ ਇਹ ਠੀਕ ਹੈ ਸਰਕਾਰਾਂ ਆਇਆ ਰਹੀ ਕਹਿੰਦੀਆਂ ਪਰ ਹੁਣ ਲੱਗਦੀ ਨਹੀਂ ਇਹ ਪੂਰਨ ਤੌਰ ਤੇ ਇਹ ਚੱਲਦਾ ਹੀ ਰਹਿੰਦੇ ਆ ਚਾਹੇ ਕਿਸੇ ਵੀ ਗਾਇਕ ਦੇ ਹੋਣ ਪਰ ਵੱਡਾ ਸਵਾਲ ਇੱਥੇ ਖੜਾ ਹੁੰਦਾ ਕਿ ਲਾਇਸੈਂਸਾਂ ਦੀ ਸਮੀਖਿਆ ਬਿਲਕੁਲ ਕੀਤੀ ਜਾਵੇ ਚੰਗੀ ਗੱਲ ਹੈ ਜੇ ਕਿਸੇ ਗਲਤ ਅੰਸਰ ਨੂੰ ਦਿੱਤਾ ਗਿਆ ਤਾਂ ਉਹ ਜ਼ਰੂਰੀ ਹੈ ਪਰ ਪੰਜਾਬ ਦੇ ਅੰਦਰ ਜਿੰਨੇ ਵੀ ਕ੍ਰਾਈਮ ਹੋਏ ਆ ਆ ਸਮੇਂ ਦੇ ਵਿੱਚ ਇਹ ਸਰਕਾਰ ਦੇ ਪੀਰੀਅਡ ਦੇ ਸਰਕਾਰ ਤੋਂ ਪਹਿਲਾਂ ਚਾਹੇ ਕਿਸੇ ਵੀ ਜਿਹੜੀ ਹੈ ਗੈਂਗਸਟਰ ਨੇ ਕਿਸੇ ਵੀ ਗੈਂਗਸਟਰ ਦੇ ਗਰੁੱਪ ਨੇ ਕੋਈ ਵੀ ਵਾਰਦਾਤ ਕੀਤੀ ਹੈ ਕਿ ਨੇ ਉਹਨਾਂ ਦੇ ਵਿੱਚ ਲਾਇਸੈਂਸੀ ਹਥਿਆਰ ਵਰਤੇ ਗਏ ਆ ਇੱਕ ਸਵਾਲ ਹੈ ਆਮ ਤੌਰ ਤੇ ਤੁਸੀਂ ਕੋਈ ਵੀ ਕਤਲ ਦੇਖ ਲਓ ਪੰਜਾਬ ਚ ਜਿਹੜਾ ਕਿਸੇ ਗੈਂਗਸਟਰ ਧਰਨੇ ਕੀਤਾ ਉਹਦੇ ਵਿੱਚ ਮਹਿੰਗੇ ਤੋਂ ਮਹਿੰਗੇ ਚੰਗੇ ਤੋਂ ਚੰਗੇ ਪਿਸਟਲ ਵਰਤੇ ਗਏ ਪਰ ਉਹ ਲਾਇਸੈਂਸੀ ਨਹੀਂ ਸਨ ਸਿੱਧੂ ਮੂਸੇਵਾਲਾ ਦਾ ਕਤਲ ਸਭ ਤੋਂ ਮੁੱਖ ਕਤਲ ਪੰਜਾਬ ਦਾ ਇਹਨਾਂ 7-8 ਮਹੀਨਿਆਂ ਦੇ ਵਿੱਚ ਵੱਡਾ ਕਤਲ ਵੱਡਾ ਨਾਂ ਮਾਰਿਆ ਜਾਂਦਾ ਉਹਦੇ ਵੀ ਕਤਲ ਦੇ ਵਿੱਚ ਵੀ ਜਿਹੜੇ ਪਿਸਟਲ ਵਰਤੇ ਜਾਂਦੇ ਆ ਉਹ ਵੀ ਦੋ ਨੰਬਰ ਦੇ ਸੀ ਪਰ ਉਹ ਮਹਿੰਗੇ ਬਹੁਤ ਸੀ ਪਰ ਸੀਧੋ ਨੰਬਰ ਦੇ ਲਾਇਸੈਂਸ ਹੀ ਨਹੀਂ ਸੀ ਤੇ ਉਹਦੀ ਜਿਹੜੀ ਅਸਾルト ਵਰਤੀ ਗਈ ਹੈ ਉਹ ਹਾਲੇ ਕਈ ਕਹਿੰਦੇ AN94 ਹੈ ਕਿਤੇ ਕਹਿਤਾ ਜਾਂਦਾ AK47 ਉਹ ਕਿਹੜੀ ਅਸਾルト ਵਰਤੀ ਗਈ ਹੈ ਇਹ ਕਲੀਅਰ ਨਹੀਂ ਪਰ ਉਹ ਸ਼ਾਲਟ ਤਾਂ ਆਮ ਵਿਅਕਤੀ ਨੂੰ ਮਿਲਦੋ ਹੀ ਨਹੀਂ ਕਿਉਂਕਿ ਉਹਦਾ ਲਾਇਸੈਂਸ ਹੀ ਨਹੀਂ ਬਣਦਾ ਸੋ ਇਸ ਕਰਕੇ ਆ ਜਿਹੜਾ ਹੁਣ ਬੀਤੇ ਦਿਨੀ ਸੁਧੀਰ ਸੂਰੀ ਦਾ ਕਤਲ ਸਿਰਫ ਇੱਕੋ ਹੀ ਕਤਲ ਪੰਜਾਬ ਦੇ ਵਿੱਚ ਇਨਾ ਸਮੇਂ ਚ ਹੋਇਆ ਜਿਹੜਾ ਲਾਇਸੈਂਸੀ ਹਥਿਆਰ ਦੇ ਨਾਲ ਕੋਈ ਇਸ ਤਰੀਕੇ ਦਾ ਆਰਗੇਨਾਈਜ਼ ਦੋ ਤਰ੍ਹਾਂ ਦੇ ਕ੍ਰਾਈਮ ਹੁੰਦੇ ਆ ਇੱਕ ਆਰਗੇਨਾਈਜ਼ ਕਰਕੇ ਇੱਕ ਇੱਕੋ ਜਿਹਾ ਨਾਮ ਕਹਿੰਦੇ ਇੱਕੋ ਜੰਬ ਆਪਰਦਾ ਇੱਕ ਤਾਂ ਹੁੰਦਾ ਕਿ ਬੰਦਾ ਮਿੱਥਿਆ ਆ ਬੰਦਾ ਮਾਰਨਾ ਜਿਵੇਂ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਪਲੈਨਿੰਗ ਚੱਲੀ ਮਾਰਿਆ ਗਿਆ ਜਿਵੇਂ ਡੇਰਾ ਪ੍ਰੇਮੀ ਨੂੰ ਪਲੈਨਿੰਗ ਚੱਲੀ ਮਾਰਿਆ ਗਿਆ ਇੱਕ ਹੁੰਦਾ ਜਿਵੇਂ ਸੁਦੀਸ਼ ਸੂਰੀ ਦਾ ਕਤਲ ਹੋਇਆ ਇੱਕ ਚਾਨਚੱਕ ਹੋਇਆ ਉਹ ਘਟਨਾ ਦੇ ਬਾਰੇ ਤਾਂ ਪੁਲਿਸ ਦੱਸ ਸਕਦੀ ਹੈ ਵੀ ਉਹ ਵਿਅਕਤੀ ਨੂੰ ਗੁੱਸਾ ਆਇਆ ਕੀ ਹੋਇਆ ਉਹਨੇ ਕੱਢਿਆ ਤੇ ਮਾਰ ਦਿੱਤਾ ਪਰ ਪੰਜਾਬ ਦੇ ਵਿੱਚ ਤੁਸੀਂ ਜਿੰਨੇ ਵੀ ਲਾਇਸੈਂਸੀ ਹਥਿਆਰ ਵਾਲੇ ਲੋਕ ਹੈ ਉਹ ਤੁਸੀਂ ਦੇਖ ਲਿਓ ਉਹ ਖੁਦ ਡਰਦੇ ਹੁੰਦੇ ਆ ਹਥਿਆਰ ਰੱਖਿਆ ਜਰੂਰ ਹੁੰਦਾ ਪਰ ਉਹ ਚਲਾਉਣ ਤੋਂ ਬਹੁਤ ਡਰਦੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਚਲਾਇਆ ਤਾਂ ਵੀ ਮਰਾਂਗੇ ਨਾ ਚਲਾਇਆ ਤਾਂ ਚਲੋ ਮਰੀ ਮਰੇ ਆ ਸੋ ਜਿੰਨੇ ਵੀ ਵੱਡੇ ਕਤਲ ਹੋਏ ਆ ਪੰਜਾਬ ਦੇ ਅੰਦਰ ਜਿੰਨੇ ਵੀ ਵੱਡੇ ਕ੍ਰਾਈਮ ਹੋਏ ਆ ਉਹ ਕਿਸੇ ਵੀ ਸਰਕਾਰ ਮੌਕੇ ਹੋਏ ਹਨ ਬਹੁ ਗਿਣਤੀ ਬਹੁ ਗਿਣਤੀ ਮਤਲਬ ਕਿ 98% ਵੱਡੇ ਕ੍ਰਾਈਮ ਉਹ ਜਿਹੜੇ ਆ ਉਹ ਗੈਰ ਕਾਨੂੰਨੀ ਹਥਿਆਰਾਂ ਨਾਲ ਦੋ ਨੰਬਰ ਦੇ ਹਥਿਆਰਾਂ ਨਾਲ ਉਹ ਅਸਲਾ ਕਿੱਥੋਂ ਆਉਂਦਾ ਕੌਣ ਲੈ ਕੇ ਆਉਂਦਾ ਹੈ ਕੌਣ ਦਿੰਦਾ ਹੈ ਕਿਵੇਂ ਉਹ ਸਰਹੱਦਾਂ ਲੰਘਦਾ ਹੈ ਕਿਵੇਂ ਉਹ ਵੱਖ-ਵੱਖ ਸਟੇਟਾਂ ਦੇ ਬਾਡਰ ਲੰਘਦਾ ਹੈ ਇਹਦੇ ਤੇ ਸਰਕਾਰ ਨੇ ਸਮੀਖਿਆ ਨਹੀਂ ਕੀਤੀ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਅਸਾਲਟ ਵਰਤੀ ਗਈ ਕੋਈ AIN 94 ਕਦੀ AK47 ਹਾਲੇ ਤੱਕ ਉਹਦੇ ਬਾਰੇ ਕਲੈਰੀਫਿਕੇਸ਼ਨ ਨਹੀਂ ਆਈ ਕਿ ਭਾਈ ਉਹ ਅਸਾਲਟ ਆਈ ਕਿੱਥੋਂ ਸੀ ਕੌਣ ਲੈ ਕੇ ਆਇਆ ਕਿੱਥੋਂ ਕੀ ਭਾਰ ਸਰਕਾਰ ਦੀ ਸੀ ਕੀ ਕਿਸੇ ਵਿਦੇਸ਼ੀ ਦੀ ਸੀ ਉਹ ਵਿਦੇਸ਼ੀ ਦੀ ਕਿਵੇਂ ਆਈ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਉਹਨਾਂ ਕੋਲੇ 8-8 10-10 ਲੱਖ ਦੇ 5-5 ਲੱਖ ਦੇ 4-4 ਲੱਖ ਦੇ ਮਹਿੰਗੇ-ਮਹਿੰਗੇ ਪਿਸਟਲ ਸੀ ਉਹ ਕਿਵੇਂ ਆਏ ਜਿਹੜਾ ਸੁਧੀਰ ਜਿਹੜਾ ਡੇਰਾ ਪ੍ਰੇਮੀ ਦਾ ਕਤਲ ਹੋਇਆ ਕੋਟਕਪੂਰਾ ਵਿਖੇ ਉਹਦੇ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਚੰਗੇ ਪਿਸਟਲ ਨਾਲ ਕਤਲ ਕੀਤਾ ਗਿਆ ਪਹਿਲਾਂ ਹੁੰਦਾ ਸੀ ਕੋਈ ਯੂਪੀ ਤੋਂ ਕਟਾ ਲਿਆਂਦਾ ਤੇ ਬੰਦਾ ਮਾਰਦਾ ਹੁਣ ਉਹ ਕਟਿਆਂ ਵਾਲੇ ਜਮਾਨੇ ਗੇ ਕੱਟੇ ਦਾ ਤਾਂ ਇਹ ਪਤਾ ਨਹੀਂ ਹੁੰਦਾ ਇੱਕ ਗੋਲੀ ਮਾਰੂ ਦੋ ਮਾਰੂ ਤੇ ਉਹਦੇ ਬਾਅਦ ਖਣੀ ਖਰਾਬ ਖਤਮੀ ਹੋ ਜਾਊਗਾ ਪਰ ਹੁਣ ਤਾਂ ਇਹ ਕਈ ਕਈ ਰਾਉਂਡ ਕੱਢ ਦਿੰਦੇ ਆ ਮਹਿੰਗੇ ਪਿਸਟਲ ਹੁੰਦੇ ਆ ਪੂਰੀ ਤਿਆਰੀ ਨਾ ਹੁੰਦੀ ਆ ਉਹਨਾਂ ਦੀ ਸਮੀਖਿਆ ਕੌਣ ਕਰੂਗਾ ਤੁਹਾਡੇ ਹਿਸਾਬ ਨਾਲ ਵੀ ਲਾਇਸੈਂਸ ਹਥਿਆਰਾਂ ਦੀ ਸਮੀਖਿਆ ਦੇ ਨਾਲ-ਨਾਲ ਜਿਹੜੇ ਬਿਨਾ ਲਾਇਸੈਂਸ ਤੋਂ ਹਥਿਆਰ ਆਉਂਦੇ ਨੇ ਉਹਨਾਂ ਤੇ ਵੀ ਸਰਚ ਮਾਰਨੀ ਚਾਹੀਦੀ ਹੈ ਬਿਲਕੁਲ ਤੁਸੀਂ ਪੰਜਾਬ ਦੇ ਅੰਦਰ ਲਾਇਸੈਂਸੀ ਹਥਿਆਰ ਜਿੰਨੇ ਆ ਨਾ ਲੋਕਾਂ ਕੋਲੇ ਇਸ ਤੋਂ ਕਈ ਗੁੜਾ ਦੋ ਨੰਬਰ ਦਾ ਹਥਿਆਰ ਪਿਆ ਇਹ ਪੁਲਿਸ ਨੂੰ ਵੀ ਪਤਾ ਹੈ ਇਹ ਪੁਲਿਸ ਦੇ ਵੱਖ-ਵੱਖ ਵਿੰਗਾਂ ਨੂੰ ਪਤਾ ਹੈ ਕਿ ਕਿੰਨਾ ਦੋ ਨੰਬਰ ਦਾ ਹਥਿਆਰ ਹੈ ਪੰਜਾਬ ਦੇ ਵਿੱਚ ਪਰ ਉਹਨਾਂ ਦੀ ਜਾਂਚ ਨਹੀਂ ਹੁੰਦੀ ਹੁਣ ਜਿਹੜਾ ਕਤਲ ਹੋਇਆ ਡੇਰਾ ਪ੍ਰੇਮੀ ਦਾ ਇਹਦੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਥੋਂ ਬੰਦੇ ਫੜ ਲਿਆ ਪਰ ਤੁਸੀਂ ਦੇਖ ਲਿਓ ਕੋਈ ਜਾਣਕਾਰੀ ਸਾਹਮਣੇ ਨਹੀਂ ਆਉਣੀ ਵੀ ਉਹ ਹਥਿਆਰ ਕਿੰਨੋਂ ਮਿਲੇ ਉਹਨਾਂ ਨੂੰ ਕਿਵੇਂ ਕਿਵੇਂ ਚੱਲਿਆ ਬਸ ਥੋੜੀਆਂ ਬਹੁਤੀਆਂ ਖਬਰਾਂ ਚੱਲਣੀਆਂ ਦੋ ਚਾਰ ਦਿਨ ਉਦੋਂ ਬਾਅਦ ਮਾਮਲਾ ਠੰਡਾ ਪੈ ਜਾਂਦਾ ਤੇ ਉਹ ਛੱਡ ਦਿੱਤਾ ਜਾਂਦਾ ਹੈ ਸਰਕਾਰ ਹਥਿਆਰ ਜਿਹੜੇ ਲਾਇਸੈਂਸੀ ਹਥਿਆਰਾਂ ਦੀ ਸਮੀਖਿਆ ਬੇਸ਼ੱਕ ਇਹਨੀ ਮਾਰੀ ਮਰਜ਼ੀ ਕਰੇ ਪਰ ਸਰਕਾਰ ਉਹਨਾਂ ਦੀ ਸਮੀਖਿਆ ਕਦੋਂ ਕਰੂਗੀ ਜਿਹੜੇ ਗੈਰ ਲਾਇਸੈਂਸੀ ਹਥਿਆਰ ਪੰਜਾਬ ਦੇ ਵਿੱਚ ਫਿਰ ਰਹੇ ਆ ਚੰਗੇ ਤੋਂ ਚੰਗਾ ਤੁਸੀਂ ਪਿਸਟਲ ਲੈਣਾ ਤੁਹਾਨੂੰ ਸ਼ਾਮ ਨੂੰ ਘਰੇ ਮਿਲ ਜੂਗਾ ਇਹ ਇਹ ਹਾਲਾਤ ਹੈ ਪੰਜਾਬ ਦੇ ਇਹ ਹਾਲਾਤ ਹੈ 2 ਲੱਖ 3 ਲੱਖ 4 ਲੱਖ 5 ਲੱਖ ਜੋ ਦਾ ਅਸਲੀ ਰੇਟ ਹੈ ਉਹਨੂੰ ਦੁੱਗਣਾ ਮਹਿੰਗਾ ਜਾਂ ਤਿੰਨ ਗੁਣਾ ਮਹਿੰਗਾ ਮਿਲਦਾ ਹੈ ਤੇ ਉਹ ਮਿਲ ਰਿਹਾ ਉਹਦੇ ਤੇ ਰੋਕ ਕਦੋਂ ਲੱਗੂਗੀ ਪੰਜਾਬ ਸਰਕਾਰ ਇਹ ਕਦੋਂ ਦੱਸੂਗੀ ਪੰਜਾਬ ਦੇ ਵਿੱਚ ਕਈ ਵਾਰ ਕਿਹਾ ਗਿਆ ਕਿ ਜਿਹੜੇ ਉਹ ਦੋ ਗੈਂਗਸਟਰ ਮਾਰੇ ਸੀ ਐਨਕਾਊਂਟਰ ਦੇ ਵਿੱਚ ਮਾਰੇ ਗਏ ਸੀ ਅੰਮ੍ਰਿਤਸਰ ਕੋਲ ਉਹਨਾਂ ਕੋਲ ਵੀ ਕਹਿੰਦੇ ਕਿ AK47 ਸੀ EK 47ਾਂ ਸ਼ਰੇਆਮ ਪੰਜਾਬ ਚ ਆ ਚੁੱਕੀਆਂ ਉਹਦੀ ਸਮੀਖਿਆ ਕੌਣ ਕਰੇਗਾ ਇਹ ਸਮੀਖਿਆ ਲਾਇਸੈਂਸੀ ਲਾਇਸੈਂਸੀ ਹਥਿਆਰ ਦੀ ਸਮੀਖਿਆ ਕਰਨੀ ਕੋਈ ਸਰਕਾਰ ਲਈ ਔਖਾ ਨਹੀਂ ਡਾਟਾ ਹੈ ਚੈੱਕ ਕਰਨਗੇ ਜਿਹਦਾ ਕੈਂਸਲ ਕਰਨਾ ਕਰ ਦੇਣਗੇ ਜਿਹਦਾ ਜੋੜਨਾ ਜੋੜ ਦੇਣਗੇ ਪਰ ਇੱਥੇ ਵੀ ਇੱਕ ਸਵਾਲ ਖੜਾ ਹੁੰਦਾ ਹੈ ਇਹ ਲਾਇਸੈਂਸ ਚੈੱਕ ਕਰਨ ਦੇ ਵਿੱਚ ਤੁਹਾਡੇ ਸਾਹਮਣੇ ਹੈ ਜਿਹੜਾ ਸ਼ਰੀਫ ਬੰਦਾ ਹੋਇਆ ਉਹਦਾ ਲਾਇਸੈਂਸ ਬਹੁਤ ਹੱਦ ਤੱਕ ਮੈਂ ਦਾਵਾ ਨਹੀਂ ਕਰਦਾ ਪਰ ਬਹੁਤ ਹੱਦ ਤੱਕ ਉਹਦਾ ਕੈਨਸਲ ਹੋਊਗਾ ਜਿਹੜਾ ਇਹੋ ਜਿਹਾ ਬੰਦਾ ਹੋਇਆ ਪੈਸੇ ਦੇ ਕੇ ਪਾਸ ਕਰਾ ਲੂਗਾ ਇਹ ਤਾਂ ਪੁਲਿਸ ਨੂੰ ਪੈਸੇ ਦੇ ਕੇ ਪਾਸ ਕਰਾਉਣ ਦਾ ਜਰੀਆ ਬਣ ਗਿਆ ਅੱਜ ਵੀ ਤੁਸੀਂ ਲਾਇਸੈਂਸ ਲੈਣਾ ਹੈ ਨਾ ਤਾਂ ਤੁਹਾਨੂੰ ਬਹੁਤੇ ਐਸਐਚਓ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤੇ ਐਸਐਚਓ ਬਹੁਤੇ ਥਾਣੇ ਦੇ ਜਿਹੜੇ ਮੁਖੀ ਹੈ ਉਹ ਪੈਸਾ ਲੈ ਬਿਨਾ ਲਾਇਸੈਂਸ ਜਿਹੜਾ ਹਥਿਆਰ ਆ ਉਹਦੇ ਤੇ ਸਾਈਨ ਨਹੀਂ ਕਰਦੇ ਉਹਦੀ ਫਾਈਲ ਤੇ ਸਾਈਨ ਨਹੀਂ ਕਰਦੇ ਉਹ ਦੇਖਦੇ ਆ ਜੇ ਸਰਕਾਰ ਸਮੀਖਿਆ ਕਰਨਤੀ ਆ ਜੇ ਤਾਂ ਲਾਇਸੈਂਸ ਵੈਸੇ ਹੀ ਕੈਨਸਲ ਹੈ ਤੁਸੀਂ ਸਾਰੇ ਲਾਇਸੈਂਸ ਚੱਕੋ ਸਭ ਤੋਂ ਇੱਕ ਹੀ ਗੱਲ ਲਿਖੀ ਹੁੰਦੀ ਹੈ ਕਿ ਇਹਦਾ ਘਰ ਖੇਤਾਂ ਵਿੱਚ ਹੈ ਇਹਨੂੰ ਖਤਰਾ ਬਹੁਤ ਹੈ ਘਰ ਭਾਵੇਂ ਸ਼ਹਿਰ ਦੇ ਵਿਚਾਲੇ ਹੋਵੇ ਉਹਦਾ ਵੀ ਲਿਖਿਆ ਉਹ ਵੀ ਘਰ ਖੇਤਾਂ ਵਿੱਚ ਇਹਨੂੰ ਖਤਰਾ ਹੈ ਤੁਸੀਂ ਇੱਕ ਵਾਰ ਚਾਹੇ ਕਿਸੇ ਵੀ ਪੁਲਿਸ ਸਟੇਸ਼ਨ ਦੀ ਫਾਈਲਾਂ ਕਢਵਾ ਲਓ ਚਾਹੇ ਤੁਸੀਂ ਜਿਹੜਾ ਅਸਲਾ ਦਫਤਰ ਹੁੰਦਾ ਹੈਗਾ ਜ਼ਿਲ੍ਹੇ ਦੇ ਵਿੱਚ ਉਹ ਚੋਂ ਫਾਈਲਾਂ ਕਢਾ ਲਓ 98% ਕੇਸਾਂ ਦੇ ਵਿੱਚ ਲਾਇਸੈਂਸਾਂ ਜਿਹੜਾ ਘੋਸ਼ਣਾ ਪੱਤਰ ਲਿਖਿਆ ਹੁੰਦਾ ਉਹ ਝੂਠਾ ਹੀ ਹੁੰਦਾ ਜੀ ਪੁਲਿਸ ਦੀ ਰਿਪੋਰਟ ਵੀ ਇਸ ਤਰੀਕੇ ਨਾਲ ਜੋ ਪਾ ਵੀ ਇਹਨੂੰ ਬਹੁਤ ਜ਼ਰੂਰਤ ਹੈ ਇਹਨੂੰ ਖਤਰਾ ਹੈ ਖੇਤਾਂ 'ਚ ਘਰ ਹੈ ਇਸ ਤਰੀਕੇ ਨਾਲ ਆ ਜੇ ਉਹ ਹੈ ਫਲਾਣਾ ਧੋੰਕਾ ਉਹ ਐ ਬਣਾ ਕੇ ਰਿਪੋਰਟ ਦੇ ਦਿੰਦੇ ਆ। ਸੋ ਇਸ ਹਿਸਾਬ ਨਾਲ ਤਾਂ ਸਾਰੇ ਲਾਇਸੈਂਸ ਕੈਨਸਲ ਹੋ ਜਾਣਗੇ। ਜੇ ਤੁਸੀਂ ਜੇ ਐਂ ਕਰ ਜੇ ਸਹੀ ਸਮੀਖਿਆ ਹੋਏ ਤਾਂ ਸਾਰੇ ਕੈਨਸਲ ਹੋ ਜਾਣਗੇ। ਪਰ ਇਹ ਵੀ ਇੱਕ ਗੱਲ ਹੈ ਕਿ ਕੈਨਸਲ ਹੋਣੇ ਵੀ ਚਾਹੀਦੇ। ਕਾਫੀ ਹੱਦ ਤੱਕ ਲਾਇਸੈਂਸ ਹੈ ਰਿਓ ਕੈਨਸਲ ਹੋਣੇ ਚਾਹੀਦੇ ਆ। ਕਿਉਂਕਿ ਬੜੇ ਲੋਕ ਫੁਕਰ ਪੁਨੇ ਦੇ ਵਿੱਚ ਸਿਰਫ ਇੱਥੇ ਟੰਕ ਕੇ ਦਿਖਾਉਣ ਦੇ ਵਿੱਚ ਜਿਹੜੇ ਆ ਉਹ ਲਾਇਸੈਂਸ ਬਣਾ ਲੈਂਦੇ ਆ। ਇਹੇ ਕੈਨਸਲ ਹੋਣੇ ਚਾਹੀਦੇ ਆ। ਪਰ ਵੱਡਾ ਸਵਾਲ ਇਹ ਆ ਕਿ ਉਹ ਹਥਿਆਰ ਜਿਨ੍ਹਾਂ ਦਾ ਕੋਈ ਲਾਇਸੈਂਸ ਨਹੀਂ, ਜਿਨ੍ਹਾਂ ਦਾ ਕੋਈ ਵजूद ਨਹੀਂ, ਉਹ ਸ਼ਰੇ ਆਮ ਘਮ ਰਹੇ ਆ, ਬੰਦੇ ਮਰ ਰਹੇ ਆ, ਹਰ ਰੋਜ਼ ਕਤਲ ਹੋ ਅ ਬਿਲਕੁਲ ਇਹ ਵੱਡਾ ਸਵਾਲ ਬਣਦਾ ਹੈ ਸਰਕਾਰ ਤੇ ਚਾਹੇ ਨੋਟੀਫਿਕੇਸ਼ਨ ਜਾਰੀ ਕੀਤੀ ਗਿਆ ਕਿ ਲਾਇਸੈਂਸ ਹਥਿਆਰਾਂ ਦੀ ਸਮੀਖਿਆ ਹੋਣੀ ਚਾਹੀਦੀ ਪਰ ਇਹ ਵੱਡਾ ਸਵਾਲ ਹੈ ਕਿ ਜਿਹੜੇ ਹਥਿਆਰ ਬਿਨਾ ਲਾਇਸੈਂਸ ਤੋਂ ਬਿਨਾ ਲਾਇਸੈਂਸ ਤੋਂ ਉਹ ਹਥਿਆਰ ਜਿਹੜੇ ਕਿ ਵੇਖਣੇ ਵੀ ਨਹੀਂ ਲੋਕਾਂ ਦੇ ਕੋਲੇ ਮੌਜੂਦ ਨੇ ਉਹਨਾਂ ਦੀ ਸਮੀਖਿਆ ਕਦੋਂ ਹੋਊਗੀ ਤੁਸੀਂ ਇਸ ਨੋਟੀਫਿਕੇਸ਼ਨ ਨੂੰ ਸਰਕਾਰ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਆ ਕਮੈਂਟ ਕਰਕੇ ਜੁੜੇ ਰਹੋ ਐਸ ਜੀਆਂ ਹੋਰ ਵੀਡੀਓ ਵੇਖਣ ਦੇ ਲਈ ਲੋਕਵਾਜ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਜੀ